असलम वरहमतुल्ला वरक हाल है सजनो ठीक हो मैं थोड़ा तो अपना सूफी आसफ शमीर और सजनों ते मित्रों दोस्तों गल इस तरह मैं आज तो के करन एक है मैं अज ते गुज़ारिश वास्ते हाज़र हो एक गल बड़ी गौर सुनने वाली है तो पूरी सुननी है ठीक है अजक माल के उ पाकिस्तान बड़िया बीमारियाँ आई ने अल्लाह ताल साल जानते अपना फ़ल फरमाए तंदुरुस्ती जिंदगी अ फरमाए आमीन मैं दुआ करना वा कि अल्लाह ताल अपनी राहमत दे सदके इंसाना भी तहवाना भी अपना फज़ल करे ਕਿਉਂਕਿ ਅਸੀਂ ਕੁਝ ਥੋੜਾ ਜਿਹਾ ਪਿੱਛਾਂ ਹਟ ਗਏ ਆ ਦੀਨ ਤੋਂ ਠੀਕ ਹੈ ਕਿ ਜਿਹੜੇ ਦਾਨੇ ਤੇ DNA ਲੋਕ ਸਨ ਉਹ ਬੜੀ ਸੋਚ ਰੱਖਣ ਵਾਲੇ ਲੋਕ ਸਨ ਤੇ ਬੜੇ ਜ਼ਾਹੀਨ ਸਿਆਣੇ ਬੰਦੇ ਗੱਲ ਕਰਦੇ ਨੇ DNA ਦੀ ਤੇ auliyad di kand mil di e 90% ਜਿਹੜੀਆਂ ਗੱਲਾਂ ਨੇ ਨਾ ਉਹ ਦਿਨਾਵਾ ਲੋਕਾਂ ਦੀ ਸੱਚ ਹੁੰਦੀਆਂ ਨੇ ਬਡੇਰੇ ਕਹਿੰਦੇ ਨੇ ਕਿ DNA ਬੰਦੇ ਨੂੰ ਸੱਪ ਨਹੀਂ ਲੜਦਾ ਕਿਉਂ ਇਸ ਵਾਸਤੇ ਕਿ ਉਹਨੇ ਕਰਾਏ ਨਹੀਂ ਜਾਣਾ ਤੇ ਰਾਹ ਤੇ ਹਮੇਸ਼ਾ ਦਬ ਕੱਖ ਨਹੀਂ ਹੁੰਦਾ ਤੇ ਦਬ ਕੱਖ ਨਾ ਨਾ ਹੋਵੇ ਕਾ ਨਾ ਹੋਵੇ ਤੇ ਸੱਪ ਵੀ ਰਿਆਸ਼ ਨਹੀਂ ਕਰਦਾ ਘਟੇ ਦੇ ਵਿੱਚ ਸੱਪ ਨੇ ਨਾ ਬੈਣਾ ਹੁੰਦਾ ਜਾਂ ਰਾਜ ਕਾਸੀ ਦੇ ਉੱਤੇ ਤੇ ਦਿਨਾਂ ਰਾਹ ਛੱਡ ਕੇ ਨਹੀਂ ਟੁਰਦਾ ਤੇ ਹਮੇਸ਼ਾ ਰਾਹ ਤੇ ਤੁਰਨ ਵਾਲਾ ਜਿਹੜਾ ਬੰਦਾ ਉਹ ਮੰਜ਼ਿਲ-ਏ-ਮਕਸੂਦ ਤੇ ਪਹੁੰਚ ਜਾਂਦਾ ਉਹਦੇ ਚਾਂਸ ਹੁੰਦੇ ਨੇ ਰਾਉਂ ਕ ਰਾਹ ਤੁਰਨ ਵਾਲਾ ਜਿਹੜਾ ਬੰਦਾ ਹੈ ਪਤਨ ਤੋਂ ਕਪਤਨ ਜਾਣ ਵਾਲਾ ਜਿਹੜਾ ਬੰਦਾ ਹੈ ਉਹਦੇ ਡੁੱਬਣ ਦੇ ਤੇ ਖੁੰਝਣ ਦੇ ਅਸਰਾਰ ਜ਼ਿਆਦਾ ਹੁੰਦੇ ਨੇ ਜਿਹੜਾ ਕਰਾਹ ਚੱਲਦਾ ਰਾਉ ਕਰਾ ਜਿਹਦਾ ਰਾਹ ਨਹੀਂ ਹੁੰਦਾ ਬੰਜਰ ਜ਼ਮੀਨ ਤੇ ਤੇ ਉਹ ਅਕਸਰ ਬੰਦਾ ਖੁੰਝ ਜਾਂਦਾ ਹੈ ਜਿਹੜਾ ਪਤਨ ਛੱਡ ਕੇ ਕਪਤਨ ਤੋਂ ਪਾਰ ਲੰਘਦਾ ਉਹ ਹਮੇਸ਼ਾ ਡੁੱਬ ਜਾਂਦਾ ਹੈ ਜਿਹੜੇ ਡੇਕਾਂ ਨਾਲਿਆਂ ਦੇ ਦਰਿਆਵਾਂ ਦੇ ਪੱਤਨ ਹੁੰਦੇ ਸਨ ਸਿਆਣੇ ਬੰਦੇ ਉਥੋਂ ਰਾਹ ਬਣਾਉਂਦੇ ਸਨ ਕਿ ਉਥੋਂ ਥੋੜਾ ਪਾਣੀ ਡੂੰਗਾ ਹੁੰਦਾ ਸੀ ਇਸ ਵਾਸਤੇ ਪੱਤਨ ਤੋਂ ਲੋਕੀ ਲੰਘਦੇ ਸਨ ਆਮ ਦਾ ਰਸਤੋਂ ਤੋਂ ਜ਼ਿਆਦਾ ਹੁੰਦੀ ਹੈ ਮੈਂ ਟੈਂਪ ਜ਼ਿਆਦਾ ਤੁਹਾਡਾ ਨਹੀਂ ਲੈਣਾ ਚਾਹੁੰਦਾ ਛੇਤੀ ਗੱਲ ਮੁਕਾਵਾਂਗਾ ਅਸਲ ਮੇਨ ਮਕਸਦ ਇਹ ਵੇ ਕਿ ਅਸੀਂ ਰਾਉਂ ਖਰਾਬ ਪੈ ਗਏ ਆ ਤੇ ਪੱਤਨ ਤੋਂ ਕਪੱਤਨ ਚੜ ਗਏ ਆ ਇਸ ਵਾਸਤੇ ਸਾਡੇ ਡੁੱਬਣ ਦੇ ਤੇ ਖੁੰਝਣ ਦੇ ਅਸਰਾਰ ਜ਼ਿਆਦਾ ਨੇ ਵਡੇਰੇ ਬੰਦੇ ਜਦੋਂ ਮੌਸਮ ਆਉਂਦਾ ਸੀ ਨਾ ਅੱਜਕੱਲ ਸੌਣ ਭਾਦਰੋਂ ਦਾ ਅਗਸਤ ਸਤੰਬਰ ਫੇ ਜਨਵਰੀ ਦੇ ਸਵਾ 2 ਕਿਲੋ ਦਾਣੇ ਜਿਹੜੇ ਨੇ ਨਾ ਉਹ ਘਰੋਂ ਮੇਨ ਕੇ ਜਾਂ ਤੋਲ ਕੇ ਕੱਢਦੇ ਸਨ ਜਿੰਨੇ ਜਾਨਵਰ ਹੁੰਦੇ ਸਨ ਉਹਨੇ ਉਹਦੇ ਵਿੱਚੋਂ ਹੀ ਗੋੜ ਲੈਣਾ ਉਹਦੇ ਵਿੱਚੋਂ ਹੀ ਘਿਓ ਲੈਣਾ ਉਹਦਾ ਦਲੀਆ ਦਾਲ ਕੇ ਪਕਾ ਕੇ ਤੇ ਮਾਲ ਦੀ ਖੈਰਾਤ ਕਰਦੇ ਸਨ ਜਿਸ ਮਾਲ ਦੀ ਖੈਰਾਤ ਕੀਤੀ ਜਾਵੇ ਉਸ ਮਾਲ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਆਉਂਦੀ ਜਿਸ ਮਾਲ ਦੀ ਸਦਕਾ ਖੈਰਾਤ ਨਿਕਲ ਜਾਵੇ ਜਿੰਨੇ ਬੰਦੇ ਨੇ ਮਾਲ ਆਲੇ ਮੇਰੀ ਉਹਨਾਂਗੇ ਗੁਜ਼ਾਰਸ਼ ਹੈ ਬਰਾਏ ਮਿਹਰਬਾਨੀ ਕਰਕੇ ਆਪਣੇ ਮਾਲ ਦੀ ਖੈਰਾਤ ਤੇ ਜ਼ਕਾਤ ਦਿਓ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਤੁਹਾਡੇ ਮਾਲ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ ਦੂਸਰੇ ਨੰਬਰ ਤੇ ਆਪਣੇ ਡੇਰਿਆਂ ਤੇ ਬਹਿ ਕੇ ਤੇ ਝੂਠ ਨਾ ਬੋਲਿਆ ਕਰੋ ਮਾਲ ਕੁਲ ਬਹਿ ਕੇ ਬਾਜ਼ ਹੁੰਦੇ ਨੇ ਬੰਦੇ ਐਵੇਂ ਛੱਡੀ ਜਾਂਦੇ ਨੇ ਖਾਲਕ ਕਾਇਨਾਤ ਦੀ ਬਾਰਗਾ ਦੇ ਵਿੱਚ ਮਾਫੀ ਮੰਗਿਆ ਕਰੋ ਜਿਸ ਪਾਕ ਜ਼ਾਤ ਨੇ ਤੁਹਾਨੂੰ ਨਵਾਜ਼ਿਆ ਹੈ ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਹਰ ਦੇ ਮਾਲ ਦੇ ਉੱਤੇ ਆਪਣੀ ਰਹਿਮਤ ਨਾਲ ਤੰਦਰੁਸਤੀ ਵਾਲੀ ਜ਼ਿੰਦਗੀ عطا ਕਰੇ ਮਾਲ ਤੇ ਵੀ ਤੇ ਮਾਲ ਸਾਂਭਣ ਵਾਲਿਆਂ ਤੇ ਵੀ ਮੇਰੀ ਇਹ ਦੁਆ ਹੈ ਕਿ ਅੱਲਾਹ ਤਾਲਾ ਆਪਣੀ ਰਹਿਮਤ ਦੇ ਸਦਕੇ ਸਾਰੀਆਂ ਬਲਾਵਾਂ ਵਬਾਵਾਂ ਨੂੰ ਅੱਲਾਹ ਤਾਲਾ ਮਾਫ ਕਰੇ ਅੱਲਾ ਦੀ ਜ਼ਾਤ ਪਾਕ ਮਵੇਸ਼ੀਆਂ ਨੂੰ ਵੀ ਤੇ ਮਾਲ ਨੂੰ ਸਾਮਨ ਵਾਲਿਆਂ ਨੂੰ ਅੱਲਾਹ ਤਾਲਾ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ عطا ਕਰੇ ਸਾਰੇ ਦੋਸਤ ਇਹ ਜਿਹੜਾ ਪਹਿਲਾ ਰਸਮ ਚੱਲਦੀ ਸੀ ਨਾ ਸੁਮਨ ਰੁਹਾਜ ਇਹ ਵਡੇਰਿਆਂ ਨੇ ਐਵੇਂ ਨਿਸ਼ਾਨ ਬਣਾਏ ਹੋਏ ਇਹ ਦਾ ਨਾਮਾਂ ਦੀਆਂ ਗੱਲਾਂ ਤੇ ਉਲਮਾਵਾਂ ਦੀਆਂ ਗੱਲਾਂ ਦਸੀਆਂ ਹੋਈਆਂ ਸਾਡੇ ਵਾਸਤੇ ਇਹ ਸਬਕ ਸਨ ਜਿਨ੍ਹਾਂ ਨੂੰ ਅਸੀਂ ਭੁੱਲੀ ਬੈਠੇ ਹਾਂ ਤੇ ਹਰ ਬਿਮਾਰੀ ਦਾ ਅਸੀਂ ਸ਼ਿਕਾਰ ਬਣੇ ਆਂ ਅਸਲਾਮੁਅਲੈਕਮ ਵ ਰਹਿਮਤੁਲਲਾਹੀ ਵ ਬਰਕਾਤੁਹ